ਬਿਸਮਿਲ੍ਲਾ ਥੜਾ ਸਿਆਸਤ ਦੇ ਨਾਲ ਮੈਂ ਆ ਤੁਹਾਡਾ ਮੇਜ਼ਬਾਨ ਅਹਿਮਦ ਲਤੀਫ ਤੇ ਮੇਰੇ ਨਾਲ ਅੱਜ ਮੇਰੇ ਸੰਗੀ ਮੇਰੇ ਸਾਥੀ ਸੈਦ ਚੌਧਰੀ ਹੈਗੇ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਥੜੇ ਕਿਥੇ ਕਿਥੇ ਥੜੇ ਜਮਾਏ ਮੈਂ ਤੇ ਇਹਨਾਂ ਨੇ ਔਰ ਫੈਸਲਾਬਾਦ ਉਟੁਰ ਕੇ ਮੈਂ ਜੇਲ੍ਹ ਮੂ ਉਟੁਰ ਕੇ ਫਿਰ ਇੱਥੇ ਇਸਲਾਮਾਬਾਦ ਆ ਗਏ ਤੇ ਅਸੀਂ ਪ੍ਰੈਸ ਕਲੱਬ ਵਿੱਚ ਕੀ ਕੀ ਥੜੇ ਜਮਾਏ ਬਾਕੀ ਸ਼ਹਿਰਾਂ ਚ ਕੀ ਕੀ ਥੜੇ ਜਮਾਏ ਪਿੰਡੀ ਕਿਥੇ ਕਿਥੇ ਅਸੀਂ ਡੇਰੇ ਲਾਂਦੇ ਰਹੇ ਤੇ ਟੋਕ ਟੋ ਕਲਾ ਖਾਨ ਕੀ ਹੋਇਆ ਤੇ ਕਾਲਾ ਗੁਜਰਾ ਕੀ ਹੋਇਆ ਇਹ ਸਾਰੀਆਂ ਗੱਲਾਂ ਅਸੀਂ ਕਰਾਂਗੇ ਤੇ ਅਸੀਂ ਇਹਨਾਂ ਕੋਲ ਇਹ ਵੀ ਪੁੱਛਾਂਗੇ ਕਿ ਕਾਇਦ ਆਜ਼ਮ ਯੂਨੀਵਰਸਿਟੀ ਨੇ ਤੁਹਾਡੇ ਤੇ ਕੀ ਰੰਗ ਚਾੜਿਆ ਤੇ ਤੁਸੀਂ ਬਾਰਾ ਕਉ ਗਏ ਤੇ ਉੱਥੇ ਕੀ ਹੋਇਆ ਇਹ ਸਾਰੀਆਂ ਗੱਲਾਂ ਅਸੀਂ ਪੁੱਛਾਂਗੇ ਪਰ ਅਸੀਂ ਥੋੜੀ ਜੀ ਹੋਰ ਗੱਲ ਵੀ ਕਰਾਂਗੇ ਔਰ ਉਹ ਗੱਲ ਹੈਗੀ ਏ ਨਵੀਂ ਨਵੇਕਲੀ ਗੱਲ ਇਹ ਐਨ ਦਾ ਕੀ ਰੋਲਾ ਹੈ ਪ੍ਰੋਫੈਸਰ ਸਾਹਿਬ ਐਨ ਤੇ 18 ਤੇ ਅਚਾਨਕ ਇੱਕ ਨਵਾਂ ਵਜ਼ੀਰ ਆਜ਼ਮ ਆਜ਼ਾਦ ਕਸ਼ਮੀਰ ਚ ਇਹ ਕੀ ਗੱਲ ਹੈ ਉਹ ਯਾਰ ਗੱਲ ਇਹ ਹੈ ਕਿ ਇਹ ਗੱਲਾਂ ਬਣੀਆਂ ਸਾਡੇ ਇੱਥੇ ਕਿ ਜੀ ਐਨ ਗੈਨ ਫੇਕ ਆਫ ਅਗਰ ਐਨ ਦਾ ਤਰੀਕਾ ਹੀ ਦੇਖਿਆ ਜਾਏ ਤੇ ਫਿਰ ਮੇਰੇ ਕਹੇ ਐਨ ਠੀਕ ਹੋਇਆ ਹੈ ਗੱਲ ਇਹ ਹੈ ਕਿ ਹਜੇ ਤੱਕ ਮੈਨੂੰ ਕਿਸੇ ਵੀ ਪਾਮਿਸਟ ਨਾ ਹੀ ਕਿਸੇ ਜੋਤਸ਼ੀ ਵੱਲੋਂ ਯਾਨੀ ਕਿ ਕੋਈ ਏਦਾਂ ਦਾ ਟੈਗ ਨਜ਼ਰ ਆਇਆ ਜਦੇ ਵਿੱਚ ਉਹਨਾਂ ਨੇ ਤਫ਼ਸਰਾ ਕੀਤਾ ਹੋਵੇ ਕਿ ਜੀ ਇਹਦੇ ਉੱਤੇ ਕਿ ਜੀ ਸਾਡੇ ਜਿਹੜੇ ਦਾਦੋ ਸ਼ਮਾਰ ਆ ਜੇ ਸਾਡੀ ਜਿਹੜੀ ਕੈਲਕੂਲੇਸ਼ਨ ਹੈ ਉਹਦੇ ਮੁਤਾਬਕ ਅਸੀਂ ਇਹ ਕੱਢਿਆ ਹੈ ਕਿ ਜੀ ਇਹ ਐਨ ਦਾ ਕੋਈ ਮਸਲਾ ਹੈ ਇਹ مختلف ਬੈਂਕਿੰਗ ਕੇ ਗਰੁੱਪਾਂ ਦੀ ਤਰਫੋਂ مختلف ਲੋਗਾਂ ਦੀ ਤਰਫੋਂ ਇਹ ਆਪਣੇ ਤਾਈ ਜਿਹੜਾ ਨਾ ਇਹਨਾਂ ਨੇ ਚੜ੍ਹਨ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਕਿਉਂਕਿ وزیراعظم Imran Khan ਉਹਨਾਂ ਦਾ ਵੀ ਆਇਆਂ ਤਾਂ ਸ਼ੁਰੂ ਹੁੰਦਾ ਫਿਰ ਅੱਛਾ ਇਹਦਾ ਮਤਲਬ ਹੈ ਸਿਰਫ ਪਾਣੀ ਚ ਵਧਾਣੀ ਹੈਗੀ ਹੈ ਗੱਲ ਕੁਝ ਨਹੀਂ ਪਾਣੀ ਚ ਮਧਾਣੀ ਦੇਖੋ ਹਜੇ ਤੱਕ ਕਿਸੇ ਜੋਤਿਸ਼ੀ ਕਿਤੇ ਇਲਮ ਉਲ ਦੱਦ ਦੇ ਮਹਰ ਉਹਦੇ ਵੱਲੋਂ ਤਾਂ ਕੋਈ ਗੱਲ ਨਹੀਂ ਆਈ ਤੁਹਾਨੂੰ ਯਾਦ ਹੋਣਾ ਪਏ ਇਹਦੇ ਵੱਲ ਇਹਦੇ ਵਾਲੇ ਨਾਲ ਕਿ ਜਦੋਂ Imran Khan ਸਾਹਿਬ ਆ ਰਹੇ ਸੀ ਤੇ ਜਿੰਨੇ ਵੀ ਟੀਵੀ ਚੈਨਲ ਆ ਉਹ ਲੈ ਕੇ ਬੈਠੇ ਹੁੰਦੇ ਸੀ ਜੋਤਸ਼ੀਆਂ ਨੂੰ ਕਿ ਜੀ ਦੱਸੋ ਕਿ ਕੌਣ ਆਏਗਾ وزیراعظم ਕਿਸ ਤਰੀਕੇ ਨਾਲ ਆਏਗਾ Imran ਦਾ ਪਿਛਲਾ ਕੀ ਤੇ Imran ਦਾ ਅਗਲੇ ਕੀ ਤੇ ਆਂ ਦੀਆਂ ਸੈਡਾਂ ਦੇ ਉੱਤੇ ਕੀ ਹੈ ਕੀ ਇਹ ਬਣੇਗਾ ਕਿ ਨਹੀਂ ਬਣੇਗਾ ਤੇ ਹੁਣ ਇਹ ਅਗਰ ਅਬਦੁਲ ਕাইয়ੂਮ ਬਣ ਗਿਆ ਤੇ ਉਹਦੇ ਉੱਤੇ ਉਹ ਵੇਲਾ ਜਿਹੜਾ ਵਾ ਕਿਸੇ ਜੋਤਸ਼ੀਆ ਤੋਂ ਤੇ ਹਜੇ ਤੱਕ ਨਹੀਂ ਸਾਨੂੰ ਸਮਝ ਆਈ ਲੇਕ ਨਾ ਹੀ ਕੋਈ ਅਸੀਂ ਫੇਸਬੁੱਕ ਦੇ ਉੱਤੇ ਜਾਂ ਟਵਿੱਟਰ ਤੇ ਜਾਂ ਜਿਤਨੇ ਵੀ ਸੋਸ਼ਲ ਮੀਡੀਆ ਤੇ ਜਦੋਂ ਕਿਸੇ ਜੋਤਸ਼ੀਆ ਤੋਂ ਆਏਗਾ ਤੇ ਫਿਰ ਤੇ ਕੋਈ ਗੱਲਬਾਤ ਅੱਗੇ ਵਧੇਗੀ ਤੇ ਜੇ ਮਹਿਜ਼ ਇਹਨਾਂ ਲੋਕਾਂ ਦੀ ਤਰਫੋਂ ਜਾਂ ਸਿਆਸੀ ਮੁਖਾਲਫਿਆਂ ਦੀ ਤਰਫੋਂ ਚੀਜ਼ਾਂ ਉਹ ਇੱਕ ਬਕਰੀ ਗੱਲ ਅੱਛਾ ਇਹਦਾ ਮਤਲਬ ਹੈ ਕਹਾਣੀਆਂ ਸਿਰਫ ਅਸਲ ਗੱਲ ਇਹ ਹੈ ਕਿ ਸਾਇੰਸ ਹੈਗੀ ਹੈ ਆਦਦੋ ਸ਼ਮਾ ਜੀ ਨੂੰ ਕਹਿੰਦੇ ਨੇ ਇਲਮ ਉਲ ਆਦਾਦ ਹੈ ਇਲਮ ਉਲ ਅਸਮਾ ਹੈ ਜੋਤਿਸ਼ ਹੈ ਸਿਤਾਰੇ ਨੇ ਸਾਤ ਸਾਤਾਂ ਨੇ ਇਹ ਸਾਰਾ ਇੱਕ ਹੋਰ ਕੰਮ ਹੈ ਔਰ ਹੋਰ ਦੁਨੀਆ ਹੈ ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਸਿਰ ਪੈਰ ਤੇ ਆਮਦਾ ਜਾਂਦਾ ਕੋ ਨਹੀਂ ਨਾ ਕੋ ਅਤਾ ਪਤਾ ਹੈ ਹੁਣ ਨਿਆਜ਼ੀ ਦੀ ਗੱਲ ਸੁਣ ਲੋ ਹੁਣ ਨਿਆਜ਼ੀ ਕਸ਼ਮੀਰ ਗੱਲ ਕੀਏ ਉਹ ਦੋਲਾ ਮੁਗਲ ਹੈ ਉਹ ਇੱਕ ਜ਼ਾਤ ਹੈ ਕੀ ਹੈ ਦੋਲੀਏ ਉਹਦੇ ਚੋਂ ਮੁਗਲ ਹੈ ਔਰ ਮੋਗਲ ਦਾ ਉਹ ਸਾਰਾ ਸਿਸਲਾ ਅਸਲ ਮਸਲਾ ਕੀ ਸੀ ਮੈਂ ਥੋੜੀ ਜੀ ਗੱਲ ਮੈਂ ਚਾਹਨਾ ਮੈਂ ਆਪਣੇ ਲੋਕਾਂ ਨੂੰ ਮੈਂ ਦੱਸ ਦਿਆਂ ਆਪਣੇ ਸੰਗੀਆਂ ਨੂੰ ਅਸਲ 'ਚ ਮੁਸਲਮਾਨ ਕਾਨਫਰੰਸ ਵਿੱਚ ਸਨ ਜਨਾਬ ਇਨਾਂ ਨਾਲ ਦਾ ਵੀ ਸਰਦਾਰ ਅਬਦੁਲ ਕাইয়ੂਮ ਖਾਨ ਸੀ ਤੇ ਮੁਸਲਮ ਕਾਨਫਰੰਸ ਦੇ ਜਿਹੜੇ ਸਰਬਰਾਹ ਸਨ ਉਹ ਵੀ ਸਰਦਾਰ ਅਬਦੁਲ ਕাইয়ੂਮ ਖਾਨ ਸਨ ਔਰ ਦੋ ਅਬਦੁਲ ਕাইয়ੂਮ ਖਾਨ ਸਨ ਤੇ ਮਸਲਾ ਬਣ ਗਿਆ ਤੇ ਉਹਨਾਂ ਆਪਣਾ ਤਖੱਲਸ ਨਿਆਜ਼ੀ ਰੱਖ ਲਿਆ ਬਸ ਐਨੀ ਸਾਰੀ ਗੱਲ ਹੈ ਇਸ ਤੋਂ ਇਲਾਵਾ ਹੋਰ ਗੱਲ ਨਹੀਂ ਲੇਕਿਨ ਸਾਡੇ ਇੱਕ ਵੱਡੇ ਸਾਫੀ ਬੜੇ ਮੰਨੇ ਪਰਮੰਨੇ ਅਫਗਾਨਿਸਤਾਨ ਦੇ ਮਾਇਰ ਉਹ ਕਿਥੇ ਦੀ ਕਿਥੇ ਲੈ ਕੇ ਆ ਗਏ ਜਰਾ ਤੁਸੀਂ ਜਣਾ ਕੀ ਕਹਾਣੀ ਕੱਢੀ ਉਹਨਾਂ ਯਾਰੋ ਸਲੀਮ ਸਾਫੀ ਨਹੀਂ ਸਾਡੇ ਯਾਰ ਹੀ ਨੇ ਜੰਗ ਜੀਓ ਤੋਂ ਉਹਨਾਂ ਨੇ ਇਹਦੇ ਉੱਤੇ ਤਬਸਰਾ ਕਰ ਦਿੱਤਾ ਨਿਆਜ਼ੀਆਂ ਦੇ ਹਵਾਲੇ ਦੇ ਨਾਲ ਹਾਲਾਂਕਿ ਮੇਰੇ ਖਿਆਲ ਚ ਉਹਨਾਂ ਨੇ ਇਹਦੇ ਉੱਤੇ ਪਰਖ ਪਰਚੋਲ ਨਹੀਂ ਕੀਤੀ ਤੇ ਸਿੱਧਾ ਹੀ ਉੱਤੇ ਨੱਪ ਦਿੱਤਾ ਕੰਮ ਨੂੰ ਤੇ ਟਵਿੱਟਰ ਤੇ ਚੜਾ ਦਿੱਤਾ ਤਾਨੂੰ ਯਾਦ ਹੋਣਾ ਕਿ پاکستان مزدور ਕਿਸਾਨ پارٹی ਇੱਕ ਹੁੰਦੀ ਸੀ ਉਹਦੇ ਵਿੱਚ ਵੀ ਇਹਨਾਂ ਦਾ ਇੱਕ ਨਾਮ ਸਰਦ ਸੀ ਜਿਹੜੇ ਕਸ਼ਮੀਰ ਤੋਂ ਸਨ ਤੇ ਉਹ ਵੀ ਆਪਣੇ ਨਾਂ ਦੇ ਨਾਲ ਨਿਆਜ਼ੀ ਲਾਉਂਦੇ ਸੀ ਤੇ ਉਹ ਸਾਡੇ ਯਾਰ ਨਹੀਂ ਹੈਗੇ ਸਾਗਡਾਰ ਆਪਣਾ ਸਾਗਡਾਰ ਕਹ ਦਿੱਤਾ ਯਾਰ ਛੱਡੋ ਪਰਾਂ ਉਹ ਆਪਣਾ ਸਾਗ ਚੌਧਰੀ ہاں ਡਾਂ ਦੇ ਜਿਹੜੇ ਬੜੇ ਮੰਨੇ ਤੇ ਪਰਵੰਨੇ ਜਿਹੜੇ ਫੋਟੋ ਫੋਟੋਗ੍ਰਾਫਰ ਹਾਂ ਉਹਨਾਂ ਨੇ ਇਹ ਮੈਨੂੰ ਗੱਲ ਦੱਸੀ ਕਿ ਉਹ ਜਿਹੜੇ ਮਜ਼ਦੂਰ ਕਿਸਾਨ ਪਾਰਟੀ ਦੇ ਨائب ਸਧਰਸਾਨ ਉਹ ਕਸ਼ਮੀਰ ਤੋਂ ਉਹ ਵੀ ਆਪਣੇ ਨਾਂ ਦੇ ਨਾਲ ਨਿਆਜ਼ੀ ਲਾਉਂਦੇ ਸੀ ਤੇ ਹਸਾਕ ਨੇ ਉਹਨੂੰ ਪੁੱਛਿਆ ਕਿ ਯਾਰ ਤੁਸੀਂ ਆਪਣੇ ਨਾਂ ਦੇ ਨਾਲ ਨਿਆਜ਼ੀ ਲਾਉਂਦੇ ਹੋ ਤੇ ਕਸ਼ਮੀਰ 'ਚ ਨਿਆਜ਼ੀ ਕਿੱਥੋਂ ਆ ਗਿਆ ਅਗੋਂ ਨਾਲ ਜਵਾਬ ਦੇ ਸੀਗਾ ਕਿ ਯਾਰ ਜਿਹੜੇ ਸਾਡੇ ਇਲਾਕੇ ਦੇ ਵਿੱਚ ਨਜ਼ਰ ਨਿਆਜ਼ ਬਹੁਤ ਕਰਦੇ ਆ ਜਾਂ ਖੈਰਾਤ ਕਰਦੇ ਆ ਤੇ ਉਹ ਨਿਆਜ਼ ਦੇ ਹਵਾਲੇ ਦੇ ਨਾਲ ਨਿਆਜ਼ੀ ਮਸ਼ਹੂਰ ਹੋ ਕਰ ਦਿੱਤੇ ਜਾਂਦੇ ਨੇ ਤੇ ਲਹਾਜ਼ਾ ਮੇਰੇ ਨਾਂ ਦੇ ਨਾਲ ਨਿਆਜ਼ੀ ਜੜਾ ਵਾ ਉਹ ਕਿਸੇ ਜ਼ਾਤ ਦੀ ਵਜ੍ਹਾ ਦੇ ਨਾਲ ਨਹੀਂ ਹੈਗਾ ਬਲਕਿ ਮੇਰੀ ਇਸ ਸਿਫਤ ਦੀ ਵਜ੍ਹਾ ਦੇ ਨਾਲ ਹੈ ਕਿ ਕਿਉਂਕਿ ਮੈਂ ਉੱਥੇ ਨਜ਼ਰ ਨਿਆਜ਼ ਬਹੁਤ ਜ਼ਿਆਦਾ ਕਰਦਾ ਇੱਕ ਗੱਲ ਦੂਸਰੀ ਹੈ ਕਿ ਅਬਦੁਲ ਕਜੂਮ ਦੇ ਹਵਾਲੇ ਦੇ ਨਾਲ ਕਿ ਇਹ ਮੁਗਲ ਬਰਾਦਰੀ ਨਾਲ ਮੁਗਲ ਬਰਾਦਰੀ ਜਿਹੜੀ ਆ ਇਹ ਚੰਗੇਜ਼ ਖਾਨ ਦੀ ਜਿਹੜੀ ਔਲਾਦ ਸੀ ਉਗਤਾਈ ਤੇ ਚੁਗਤਾਈ ਇਨਾ ਦੇ ਦੌਰ ਦੇ ਵਿੱਚ ਯਾਨੀ ਕਿ 10ਵੀਂ ਤੇ 11ਵੀਂ ਸਦੀ ਹਿਜਰੀ ਤੋਂ ਇਹਨਾਂ ਦਾ ਰੁਖ ਜੜਾ ਕਸ਼ਮੀਰ ਦੀ ਤਰਫ ਹੋਇਆ ਤੇ ਲੇਕਿਨ ਬਾਅਦ ਚ ਅਸੀਂ ਦੇਖਿਆ ਕਿ 12ਵੀਂ ਸਦੀ ਦੇ ਵਿੱਚ 1320 ਦੇ ਵਿੱਚ ਇੱਥੇ ਆਣ ਕੇ ਮੰਗੋਲਾਂ ਨੇ ਇਨਵੇਜਨ ਕੀਤੀ ਤੇ ਬਹੁਤ ਸਾਰੇ ਮੰਗੋਲ ਇੱਥੇ ਆਣ ਕੇ ਵੱਸ ਗਏ ਸਨ ਤੇ ਉਹਨਾਂ ਦੀ نسل ਜਿਹੜੀ ਅੱਜ ਤੱਕ ਚੱਲਦੀ ਆ ਰਹੀ ਹੈ ਅੱਛਾ ਇਹ ਸਾਡਾ ਥੜਾ ਕੋ ਸਕੂਲ ਨਹੀਂ ਬਣ ਗਿਆ ਸੀ ਕੋਈ ਇਸਤੀ ਦੀ ਗੱਲ ਸੁਣ ਕੇ ਤਾਂ ਲੱਗਿਆ ਮੈਂ ਥੜੇ ਦੀ ਗੱਲ ਕਰਨਾ ਚਾਹ ਰਿਹਾ ਥੜੇ ਤੇ ਅੱਜ ਜਿਹੜੀ ਨਵੀਂ ਗੱਲ ਹੋਈ ਹੈ ਉਹ ਜ਼ਾਹਿਰ ਹੈ ਯੋਮ-ਏ-ਇਸਤੀਸਾਲ ਇਹ ਦਰਾ ਦਸਣਾ ਹੈ ਇਸਤੀਸਾਲ ਕੀ ਹੈ ਔਰ ਇਹ ਯੋਮ-ਏ-ਇਸਤੀਸਾਲ ਜਿਹੜਾ ਮਨਾਨੇ ਆ ਪੇ ਇਹਦੀ ਜਿਹਨੂੰ ਕਹਿੰਦੇ ਕੁਨਾ ਕੀ ਹੈ ਤੇ ਪਿਛੋਂ ਕੀ ਹੈ ਔਰ ਇਹ ਕਿਉਂ ਮਨਾਇਆ ਜਾ ਰਿਹਾ ਦੇਖੋ ਅੱਜ ਅਸੀਂ ਕਸ਼ਮੀਰ ਦੇ ਵਾਲੇ ਨਾਲ ਯੋਮ-ਏ-ਇਸਤੀਸਾਲ ਪੂਰੇ ਮੁਲਕ ਦੇ ਵਿੱਚ ਮਨਾ ਰਹੇ ਆ ਨਾ ਸਿਰਫ ਇਸ ਦੇਸ਼ ਦੇ ਵਿੱਚ ਤੋਂ ਬਲਕਿ ਪੂਰੇ ਦੁਨੀਆ ਦੇ ਵਿੱਚ ਜਿੱਥੇ ਵੀ ਕਸ਼ਮੀਰੀਆ ਯੋਮ-ਏ-ਇਸਤੀਸਾਲ ਮਨਾਉਂਦੇ ਪਏ ਨੇ ਯੋਮ-ਏ-ਇਸਤੀਸਾਲ ਤੋਂ ਮਰਾਦ ਇਹ ਹੈ ਕਿ ਖਾ ਕਿਸੇ ਗਰੁੱਪ ਦੀ ਸ਼ਕਲ 'ਚ ਜਾਂ ਕਿਸੇ ਫਰਦ ਦੀ ਸ਼ਕਲ 'ਤੇ ਜਾਂ ਕਿਸੇ ਮੁਲਕ ਦੀ ਸ਼ਕਲ 'ਚ ਕਿਸੇ ਦੂਸਰੇ ਫਰਦ ਗਰੋਹ ਜਾਂ ਕਿਸੇ ਕਮਿਊਨਿਟੀ ਦੇ ਜਿਹੜੇ ਜਾਇਜ਼ ਯਾਨੀ ਕਿ ਹਾਕਮ ਨੇ ਜਿਹੜੇ ਜਾਇਜ਼ ਉਹਨਾਂ ਦੇ ਹਕੂਕ ਨੇ ਉਹਨਾਂ ਨੂੰ ਸਲਬ ਕਰਨਾ ਔਰ ਤਾਕਤ ਦੀ ਬੁਨਿਆਦ ਦੇ ਉੱਤੇ ਉਹਨਾਂ ਦਾ ਇਸਤਿਜ਼ਾਲ ਕਰਨਾ ਜਿਹੜਾ ਇਸਤਿਜ਼ਾਲ ਦੇ ਜ਼ਿੰਮੇਂ 'ਚ ਆਂਦਾ ਤੇ ਅੱਜ ਅਸੀਂ ਕਿਉਂਕਿ ਇਸ ਤੋਂ ਮਨਾ ਰਹੇ ਹਾਂ ਕਿ 5 ਅਗਸਤ ਤੇ ਕਸ਼ਮੀਰ ਦੇ ਹਵਾਲੇ ਨਾਲ 2019 ਦੇ ਵਿੱਚ ਐ ਜਿਹੜਾ ਮੋਦੀ ਨਹੀਂ ਹੈ ਇਹਨੇ ਕੀ ਕੀਤਾ ਕਿ ਉਹ ਜਿਹੜਾ ਸਪੈਸ਼ਲ ਸਟੇਟਸ ਸੀ ਕਸ਼ਮੀਰ ਦਾ ਉਹਨੂੰ ਭੰਨ ਤੋੜ ਕੇ ਉਹ ਛੁੱਟਿਆ ਹਾਲਾਂਕਿ ਕਸ਼ਮੀਰ ਦੇ ਯਾਨੀ ਜਿਹੜਾ ਸਪੈਸ਼ਲ ਸਟੇਟਸ ਸੀ ਉਹਨੂੰ ਤਬਦੀਲ ਜਾਂ ਤਰਮੀਮ ਕਰਨ ਦਾ ਹੱਕ ਜਿਹੜਾ ਸੀ ਉਹ ਜੰਮੂ ਕਸ਼ਮੀਰ ਦੀ ਅਸੈਂਬਲੀ ਦੇ ਕੋਲ ਸੀਗਾ ਨਾ ਕਿ ਇਹਨਾਂ ਦਾ ਆਇਨ ਆਬ ਕੰਦਾ ਜੀ ਕਿ ਇਹਦਾ ਹੱਕ ਜਿਹੜਾ ਵਾ ਉਹ ਪਾਰਲੀਮੈਂਟ ਜਿਹੜੀ ਇੰਡੀਆਨ ਉਹਦੇ ਕੋਲ ਬਿਲਕੁਲ ਨਹੀਂ ਤੇ ਇਹ ਇਹਨੇ ਜਿਹੜਾ ਨਾ ਆਪਣੇ ਨੇ ਤੌਰ ਤੇ ਇਕਤਰਫਾ ਇਹ ਫੈਸਲਾ ਕਰਕੇ ਤੇ ਇਹ ਇੰਪਲੀਮੈਂਟ ਕਰ ਦਿੱਤਾ ਤੇ ਇਹ ਜਿਹੜਾ ਇਹਦਾ ਫੈਸਲਾ ਉਹ ਆਪਣੇ ਜਿਹੜਾ ਉਹਦਾ ਆਇਆ ਨਾ ਇਹ ਉਹਦੀ ਵੀ ਖਿਲਾਫ ਵਰਜੀ ਆ ਤੇ ਨਾਲੇ اقوام متحدہ ਦੀ ਜਿੰਨੀ ਵੀ ਯਾਨੀ ਕਿ 86 ਜਿੰਨੀਆਂ ਕਰਾਦਾਦਾਂ ਸੀਗੀਆਂ ਇਹ ਉਹਨਾਂ ਦੀ ਵੀ ਖਿਲਾਫ ਵਰਜੀ ਆ ਤੇ ਇਸ ਵਾਸਤੇ ਅੱਜ ਪੂਰੇ ਮੁਲਕ ਦੇ ਵਿੱਚ ਨਾ ਸਿਰਫ ਕਸ਼ਮੀਰੀ ਬਲਕਿ ਪਾਕਿਸਤਾਨ ਦੀ ریاਸਤੀ ਸੱਤਾ ਦੇ ਉੱਤੇ ਯਾਨੀ ਕਿ ਉਹ ਦੇਖ ਲੈ ਅਸੀਂ ਫਿਰਦੇ ਰਹੇ ਅੱਜ ਸਾਰਾ ਦਿਨ ਤੇ مختلف ਜਗ੍ਹਾ ਤੇ ਰੈਲੀਆਂ ਵੀ ਨਿਕਲ ਰਹੀਆਂ ਹਨ ਔਰ ਲੋਕ ਜਿਹੜੇ ਆ ਜਗ੍ਹਾ ਜਗ੍ਹਾ ਤੇ ਇਹਨੂੰ ਡਿਸਕਸ ਵੀ ਕਰ ਰਹੇ ਤੇ ਅੱਜ ਅਸੀਂ ਵੀ ਇੱਥੇ ਬੈਠੇ ਡਿਸਕਸ ਕਰ ਰਹੇ ਹਾਂ ਕਿ ਕਸ਼ਮੀਰੀਆਂ ਦਾ ਹੱਕ ਜਿਹੜਾ ਹੈ ਨਾ ਉਹਨਾਂ ਨੂੰ ਮਿਲਣਾ ਚਾਹੀਦਾ ਨਾ ਕਿ ਉਹਨਾਂ ਦਾ ਤੁਸੀਂ ਇਸਤੇਮਾਲ ਕਰਦੇ ਫਿਰੋ ਤੇ ਇਹ ਜਿਹੜੀ ਹੈਗੀ ਹੈ ਨਾ ਬੈਨਲ ਕੁਆਮੀ ਕਮਿਊਨਿਟੀ ਉਹਨੂੰ ਵੀ ਇਹਦੇ ਨਾਲ ਜਿਹੜਾ ਨਾ ਤਵੱਜੋ ਕਰਨੀ ਚਾਹੀਦੀ ਹੈਗੀ ਕਿ ਉਹ ਕਸ਼ਮੀਰੀਆਂ ਨੂੰ ਉਹਦਾ ਹੱਕ ਦਿਲਾਉਣ ਵਾਸਤੇ ਇਹ ਇੰਡੀਆ ਦੇ ਉੱਤੇ ਕੋਈ ਥੋੜਾ ਬਹੁਤ ਪ੍ਰੈਸ਼ਰ ਤੇ ਪਾਵੇ ਨਾ ਅੱਛਾ ਤੇ ਇੱਕ ਹੋਰ ਗੱਲ ਵੀ ਹੈਗੀ ਹੈ ਇੱਕ ਟੈਲੀਫੋਨ ਕਾਲ ਦਾ ਸਵਾਲ ਹੈ ਬਾਬਾ ਮੌਇਦ ਯੂਸਫ ਇੱਕ ਹੀ ਹੈ ਵੀ ਕਿਉਂ ਮਰੇ ਜਾ ਰਹੇ ਹੋ ਤੁਸੀਂ ਟੈਲੀਫੋਨ ਕਾਲ ਅਗਰ ਜੋ ਬਾਈਡਨ ਨਹੀਂ ਕਰਦਾ ਤਾਂ ਕੀ ਰਾਟੀ ਰੋਟੀ ਅਜ਼ਮ ਨਹੀਂ ਹੋਣੀ ਸਾਡੀ ਓ ਯਾਰ ਮੇਰੇ ਖਿਆਲ ਚ ਸਾਡੇ ਜਿਹੜੇ ਸਾਫੀ ਹੈ ਨਾ ਖਬਰ ਪੂਰੀ ਪੜਦੇ ਨਹੀਂ ਔਰ ਨਾ ਹੀ ਉਹਦਾ ਤਜਰੀਹਾ ਕਰਦੇ ਆ ਬਲਕਿ ਦੇਖੋ ਇੱਕ ਜਿਹੜੀ ਇਹ ਅਗਰ ਉਹਦਾ ਸਵਾਲ ਆ ਯਾਨੀ ਕਿ ਜਿਹੜਾ ਉਹਨੇ ਕਿਹਾ ਗਿਆ ਜਿਹੜਾ ਉਹਨੇ ਜਵਾਬ ਦਿੱਤਾ ਹੈਗਾ ਇਹ ਕਿਸੇ ਨਾ ਕਿਸੇ ਸਵਾਲ ਦੇ ਨਤੀਜੇ 'ਚ ਉਹਨੇ ਜਵਾਬ ਦਿੱਤਾ ਜਿਹਦੇ ਉੱਤੇ ਉਹਨੇ ਇਹ ਕਿਹਾ ਹੈਗਾ ਕਿ ਸਾਡੇ ਕੋਲ ਹੋਰ ਵੀ ਬੜੀਆਂ ਆਪਸ਼ਨਸ ਨੇ ਮਤਲਬ ਇਹ ਹੈ ਕਿ ਅਗਰ ਅਮਰੀਕਾ ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਮਸਲੇ 'ਚ ਇਤਮਾਦ ਨਹੀਂ ਲਏਗਾ ਤੇ ਸਾਡੇ ਤੋਂ ਬਗੈਰ ਬਾਲਾ-ਬਾਲਾ ਜਿਹੜੇ ਅਗਰ ਫੈਸਲੇ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਪਾਕਿਸਤਾਨ ਕੋ ਬੜੇ ਆਪਸ਼ਨ ਹੈ ਤੇ ਜਿੰਨੀ ਦੇਰ ਤੱਕ ਜੋ ਬਾਈਡਨ ਜਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਸਾਡੇ ਇੱਥੇ ਦੀ ਜਿਹੜੀ ਹਾਈ ਐਡਮਿਨਿਸਟ੍ਰੇਸ਼ਨ ਹੈ ਯਾਨੀ ਕਿ ਪ੍ਰਾਈਮ ਮਿਨਿਸਟਰ ਹੈ ਜਾਂ ਸਾਡੀ ਪਾਰਲੀਮਨ ਹੈ ਤੇ ਪਾਰਲੀਮਨ ਵੀ ਅਗਰ ਕੋਈ ਗੱਲ ਕਰਨੀ ਹੈ ਤਾਂ ਪ੍ਰਾਈਮ ਮਿਨਿਸਟਰ ਦੇ ਜ਼ਰੀਏ ਗੱਲ ਕਰਨੀ ਹੈ ਨਾ ਜਿੰਨੀ ਦੇਰ ਤੱਕ ਉਹਦਾ ਸਦਰ ਸਾਡੇ ਇੱਥੇ ਵਜ਼ੀਰ ਆਜ਼ਮ ਨਾਲ ਗੱਲ ਨਹੀਂ ਕਰੇਗਾ ਉਨੀ ਦੇਰ ਤੱਕ ਇਹ ਮਸਲਾ ਹੱਲ ਨਹੀਂ ਹੋ ਸਕਦਾ ਤੇ ਵਕਾਈ ਨਹੀਂ ਹੋ ਸਕਦਾ ਤੇ ਹੁਣ ਇਹ ਦੁਹਾਂ ਕਾਨਫਰੰਸ ਜਿਹੜੀ ਅੱਗੇ ਕਰਨੇ ਜਾ ਰਹੇ ਆ ਅਮਰੀਕਾ ਰਸ਼ੀਆ ਚੈਨਾਤ ਉੱਥੇ ਹੀ ਪਾਕਿਸਤਾਨ ਨੂੰ ਕਿਉਂ ਬੁਲਾਇਆ ਜਾ ਰਿਹਾ ਹੈ ਉੱਥੇ ਤਾਂ ਗੱਲਬਾਤ ਇਹਨਾਂ ਨੇ ਕਰਨੀ ਕਰਨੀ ਹੈ ਗੱਲ ਇਹ ਹੈ ਕਿ ਇਸ ਟਾਈਮ ਜਿਹੜਾ ਪਾਕਿਸਤਾਨ ਦਾ ਮੌਕਫ ਆ ਉਹ ਪਾਕਿਸਤਾਨ ਪਹਿਲੇ ਵੀ ਯਾਨੀ ਕਿ ਉਹ ਡੇਢ ਚੁੱਕਿਆ ਅਮਰੀਕਾ ਨੂੰ ਜਿਵੇਂ ਹੈਲਰੀ ਕਲਿੰਟਨ ਨੇ ਵੀ ਇਹ ਕਿਹਾ ਕਿ ਅਸੀਂ ਜਲਦੀ ਚ ਨਿਕਲ ਕੇ ਪਿੱਛੇ ਅਫਗਾਨਿਸਤਾਨ ਦਾ ਮਸਲਾ ਜਿਹੜਾ ਨਾ ਉਹ ਕਲਾਪੇ ਚ ਪਾ ਕੇ ਅਸੀਂ ਆ ਗਏ ਆ ਇਸੇ ਤਰੀਕੇ ਨਾਲ ਹੁਣ ਵੀ ਇਹ ਸੂਰਤ ਇਹ ਖਰਾਬ ਕਰੇਗਾ ਤੇ ਉਹਦੇ ਉੱਤੇ ਹੀ ਪਾਕਿਸਤਾਨ ਨੇ ਬਾਰ ਬਾਰ ਆਪਣਾ ਮੌਕਫ ਰੱਖਿਆ ਤੇ ਅਗਰ ਜੇ ਜਿਹੜੀ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨੂੰ ਇਹ ਵਰੀ ਹੈਗੀ ਹੈ ਕਿ ਅਸੀਂ ਪਾਕਿਸਤਾਨ ਨਾਲ ਜਦੋਂ ਗੱਲ ਕਰਾਂਗੇ ਤੇ ਡੈਫੀਨੇਟਲੀ ਪਾਕਿਸਤਾਨ ਨੇ ਕਿਹਾ ਜਿੱਦਾਂ ਤੁਸੀਂ ਜਲਦੀ ਨਾਲ ਇਥੋਂ ਨਸੇ ਹੋ ਤੇ ਉਹਦੇ ਤੋਂ ਬਾਅਦ ਤੇ ਇਥੇ ਸੂਰਤ ਹਲ ਖਰਾਬ ਹੋ ਜਾਣੀ ਹੈ ਲਾਹਜ਼ਾ ਇਹਦੇ ਵਾਸਤੇ ਤੁਹਾਨੂੰ ਕੋਈ ਨਾ ਕੋਈ ਇੱਕ ਗੱਲ ਅੱਛਾ ਜੋ ਬਾਈਡਨ ਡਰਦਿਆਂ ਫੋਨ ਨਹੀਂ ਕਰਦਾ ਪਿਆ ਅਸੀਂ ਕੋਈ ਗੱਲਾਸ਼ਾਲਾ ਨਾ ਫੜ ਲਈਏ ਵੈਸੇ ਨਹੀਂ ਗੱਲਾਂ ਨਹੀਂ ਉਹਦਾ ਮਤਲਬ ਇਹ ਹੈ ਕਿ ਜਦੋਂ ਡੈਫੀਨੇਟਲੀ ਪਾਕਿਸਤਾਨ ਆਪਣਾ ਆਰਗੂਮੈਂਟ ਤੇ ਰੱਖੇਗਾ ਕਿਉਂਕਿ ਇਹ ਜਿਸ ਵੇਲੇ ਇਹ ਪਾਕਿਸਤਾਨ ਨੇ ਇਹ ਜਿਹੜਾ ਅਮਨ ਦਾ ਜਿਹੜਾ ਇਕੱਠ ਕਰਾਇਆ ਸੀਗਾ ਉਹਦੇ ਚ ਬਕਾਇਦਾ ਤੌਰ ਤੇ ਉਹਨਾਂ ਨੇ ਪਾਕਿਸਤਾਨ ਨੇ ਇਹਨਾਂ ਦੀ ਮਦਦ ਵੀ ਕੀਤੀ ਔਰ ਉਸ ਮਦਦ ਦੇ ਨਤੀਜੇ ਚ ਇਹਨਾਂ ਨੂੰ ਬਾਹਰ ਕੱਢਿਆ ਗਿਆ ਜਾਂ ਨਿਕਲੇ ਨੇ ਅਦਰਵਾਈਜ਼ ਤੇ ਤੁਹਾਨੂੰ ਪਤਾ ਹੈ ਕਿ ਇਹ ਜਾਂਦੇ ਤੇ ਪਿੱਛੋਂ ਤਾਲਬਾਨ ਨੇ ਕੁੱਟ-ਕੁੱਟ ਕੇ ਇਹਨਾਂ ਦਾ ਕੁਚੂਬਰ ਕਰ ਦੇਣਾ ਸੀ ਨਹੀਂ ਇੱਥੋਂ ਤੇ ਨਿਕਲੇ ਨਹੀਂ ਜਾ ਸਕਦਾ ਨਾ ਇਹ ਤੇ ਦਲਦਲ ਹੈਗੀ ਸਾਰੀ ਦੁਨੀਆ ਜਾਣਦੀ ਹੈ ਕਿ ਅਫਗਾਨਿਸਤਾਨ ਐਡੀ ਵੱਡੀ ਦਲਦਲ ਹੈ ਉਹਦਾ ਤੇ ਰਾਹ ਹੀ ਕੋਈ ਨਹੀਂ 6 ਮੁਲਕਾਂ ਨੂੰ ਰਾਹ ਹੈ ਉਹ ਉਹ ਵੀ ਕਿਸਨ ਨਿਕੜਨ ਦੇਣਗੇ ਅੱਗੇ ਸਮੁੰਦਰ ਕੋਈ ਨਹੀਂ ਪਿੱਛੇ ਖਾਈ ਹੈ ਇਹ ਰੋਲਾ ਪੈਣਾ ਹੈ ਕਿਆ ਇੰਜ ਨਹੀਂ ਹੋ ਸਕਦਾ ਪ੍ਰੋਫੈਸਰ ਸਾਹਿਬ ਕਿ ਜੋ ਬਾਈਡਨ ਫੋਨ ਕਰਦਾ ਰਹੇ ਤੇ ਅਸੀਂ ਕਾਹ ਨਹੀਂ ਚੁੱਕੀਏ ਨਹੀਂ ਦੇਖੋ ਯਾਰ ਕਾੜਾ ਇਹ ਜਿਹੜਾ ਹੁੰਦਾ ਨਾ ਨਹੀਂ ਸਿੱਧੇ ਤੇ ਅਸੀਂ ਪੱਕਾ ਨਹੀਂ ਚੱਲਦੇ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਤੁਹਾਡਾ ਆਰਗੂਮੈਂਟ ਕੰਮ ਕਰਦਾ ਹੈ ਉਹ ਤੁਹਾਡੀਆਂ ਖਾਸ਼ਾਂ ਤੇ ਤੁਹਾਡੇ ਲਹਿਜੇ ਜਿਹੜੇ ਆ ਉਹ ਐਡਾ ਕੰਮ ਨਹੀਂ ਕਰ ਰਹੇ ਹੁੰਦੇ ਮਸਲਾ ਇਹ ਹੈ ਕਿ ਜਿਹੜਾ ਉਹ ਗੱਲ ਕੀਤੀ ਹੈ ਨਾ ਉਹਨੇ ਯੂਸਫ ਨੇ ਉਹ ਇਹ ਗੱਲ ਕੀਤੀ ਹੈ ਕਿ ਅਗੇ ਸਾਨੂੰ ਬਾਈਪਾਸ ਕਰਕੇ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਕਾਮਯਾਬ ਨਹੀਂ ਹੋਣੀ ਸਾਡੇ ਕੋਲ ਬੜੇ ਆਪਸ਼ਨ ਆ ਹਾਂ ਜੀ ਉਹ ਗੱਲ ਦੱਸਿਆ ਨਾ ਤੁਹਾਨੂੰ ਕਿ ممکن ਨਹੀਂ ਕਿ ਕੋਈ ਬੰਦਾ ਇੱਥੇ ਸਾਹ ਲੈ ਸਕੇ ਕੋਈ ਬੰਦਾ ਨਾ ਰੂਸ ਆਲੇ ਰਸਾ ਲੈ ਸਕੇ ਨਾ ਅਮਰੀਕਾਲੇ ਲੈ ਸਕੇ ਇੱਕ ਵਾਰੀ ਹੋਇਆ ਸੀ ਸਲਾਲਾ ਇਵੈਂਟ ਤੇ ਆਰਸ਼ਾ ਬੰਦ ਹੋ ਗਈ ਸੀ ਭਾਈ ਜਹਾਜ਼ ਬੰਦ ਬਾਕੀ ਸਾਰੇ ਮਾਮਲੇ ਤੁਹਾਨੂੰ ਪਤਾ ਸਮੁੰਦਰ ਤਾਂ ਸਾਡੇ ਕੋਲ ਅੱਗੇ ਆਈ ਸੀ ਤੇ ਉਹ ਕਿਆਨੀ ਸਾਹਿਬ ਦੇ ਜ਼ਮਾਨੇ 'ਚ ਹੋਇਆ ਸੀ پرویز ਕਿਆਨੀ ਸਾਹਿਬ ਦੇ ਜ਼ਮਾਨੇ 'ਚ ਦੱਕਿਆ ਸੀ ਕੀ ਹਾਲ ਹੋਇਆ ਸੀ ਉਹ ਯਾਰ ਹਾਲਾਂਕਿ ਪ੍ਰਵੇਜ਼ ਕਿਆਨੀ ਸਾਹਿਬ ਨੂੰ ਬੜਾ ਠੰਡਾ ਜਿਹਾ ਜਰਨੈਲ ਸਮਝਿਆ ਜਾਂਦਾ ਸੀਗਾ ਲੇਕਿਨ ਇੱਕ ਗੱਲ ਹੈ ਕਿ ਉਹਨੇ ਹੁੱਕਾ ਪਾਣੀ ਬੰਦ ਕਰਤਾ ਅਮਰੀਕਾ ਦਾ ਔਰ ਇਹ ਅਗਰ ਅਮਰੀਕਾ ਸਮਝਦਾ ਹੈ ਕਿ ਜੀ ਅਸੀਂ ਉਹ ਤੋਂ ਬਗੈਰ ਪਾਕਿਸਤਾਨ ਤੋਂ ਬਾਇਆ ਬਾਇਰਾ ਜਿਹੜਾ ਇੱਧਰ ਉੱਧਰ ਕਰਕੇ ਕੰਮ ਚਲਾ ਲਾਂਗੇ ਉਹ ਨਹੀਂ ਚੱਲਣਾ ਸਾਨੂੰ ਪੁੱਛਿਆਂ ਬਗੈਰ ਉੱਥੇ ਤੇ ਨਾ ਤੇ ਇਹਦੀ ਕੋਈ ਪਾਲਿਸੀ ਚੱਲਣੀ ਜੇ ਤੇ ਨਾ ਹੀ ਉਥੇ ਦਾ ਜਿਹੜਾ ਅਮਨ ਹੈ ਇਹ ਦੇ ਇਹ ਅਗਰ ਅਮਰੀਕਾ ਆਪਣੇ ਤੌਰ ਤੇ ਡਿਕਟੇਟ ਕਰਨ ਦੀ ਕੋਸ਼ਿਸ਼ ਕਰੇਗਾ ਉਹ ਵੀ ਨਹੀਂ ਹੋ ਸਕਦਾ ਦੇਖੋ ਹੁਣ ਜਿਹੜਾ ਅਮਰੀਕਾ ਵਾ ਉਹ ਇਥੋਂ ਨਸਿਆ ਤੇ ਕਮਜ਼ ਕੰਬ ਇਥੇ ਪਿੱਛੇ ਕੋਈ ਨਾ ਕੋਈ ਤੇ ਸੈਟਅਪ ਜਿਹੜਾ ਸੀਗਾ ਇਹਨਾਂ ਮੁਲਕਾਂ ਨਾਲ ਹਲਕੇ ਬਣਾਉਂਦਾ ਔਰ ਤਾਂ ਕਿ ਉਥੇ ਅਮਨ ਹੋ ਜਾਂਦਾ ਹੁਣ ਵੀ ਸੂਰਤਿ ਹਾਲੇ ਹੈ ਕਿ ਇੰਡੀਆ ਜਿਹੜਾ ਵਾ ਉਥੇ ਖਾਮ ਖਾ ਪੰਗੇਬਾਦੀਆਂ ਕਰਦਾ ਫਿਰਦਾ ਔਰ ਨਾ ਪੰਗੇਵਾਦੀਆਂ ਕਰਦਾ ਬਲਕਿ ਅਮਰੀਕਾ ਦੀ ਸ਼ਹਿਰ ਦੇ ਉੱਤੇ ਕਰ ਰਿਹਾ ਹੈਗਾ ਔਰਤ ਦੀ ਜਿਹੜੀ ਅਫਗਾਨ ਹਕੂਮਤ ਆ ਉਹਨਾਂ ਦੇ ਜਿਹੜੇ ਬਹੁਤ ਸਾਰੇ ਐਸੇ ਲੋਕ ਆ ਉਹਨਾਂ ਦੇ ਜਿਹੜੇ ਯਾਨੀ ਕਿ ਪਟੂ ਟਾਈਪ ਉਹਨਾਂ ਨਾਲ ਮਿਲ ਕੇ ਇਹ ਸਾਰੇ ਜਿਹੜੇ ਪੰਗੇ ਕੀਤੇ ਜਾ ਰਹੇ ਆ ਹੁਣ ਤੁਸੀਂ ਵੇਖ ਲਓ ਉਹਦੇ ਨਤੀਜੇ ਦੇ ਵਿੱਚ ਪਹਿਲਾਂ ਜਿੱਦੋਂ ਆਪਣਾ ਇੰਡੀਅਨ ਸਫੀਰ ਦੀ ਕੁੜੀ ਦਾ ਮਸਲਾ ਉੱਠਿਆ ਸੀਗਾ ਇਹ ਉਦੋਂ ਹੀ ਪਤਾ ਲੱਗ ਗਿਆ ਸੀਗਾ ਕਿ ਇਹ ਕੋਈ ਨਾ ਕੋਈ ਪੰਗਾ ਹੁਣ ਕਰਨ ਦੇ ਮੂਡ 'ਚ ਨੇ ਤੇ ਐਸ ਟਾਈਮ ਯਾਨੀ ਕਿ ਤਿੰਨ ਚਾਰ ਜਗ੍ਹਾ ਦੇ ਉੱਤੇ ਅਫਗਾਨਿਸਤਾਨ ਦੇ ਵਿੱਚ ਚੰਗੀ ਭਲੀ ਲੜਾਈ ਹੋਣ ਈ ਹੈ ਕਾਬਲ ਦੇਰ ਦੇ ਗਿਰਦ ਹੋਣ ਈ ਹੈ ਹਰਾਤ ਹੋ ਰਹੀ ਹੈ ਲਸ਼ਕਰਗਾਹ ਚ ਹੋ ਰਹੀ ਹੈ ਔਰ ਬੜੀ ਇਹ ਖੂਨੀ ਕਿਸਮ ਦੀਆਂ ਲੜਾਈਆਂ ਸ਼ੁਰੂ ਹੋ ਗਈਆਂ ਤੇ ਪਾਕਿਸਤਾਨ ਇਹ ਚਾਹੁੰਦਾ ਵਾ ਕਿ ਉੱਥੇ ਅਮਨ ਦੇ ਨਾਲ ਮਸਲਾ ਹੱਲ ਹੋ ਜੇ ਔਰ ਇਹਦੇ ਵਾਸਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਪਿੱਛੇ ਅਸੀਂ ਬੈਠਕ ਕਰਾਉਣ ਦਾ ਪ੍ਰੋਗਰਾਮ ਕੀਤਾ ਸੀਗਾ ਅਫਗਾਨ ਹਕੂਮਤ ਔਰ ਤਾਲਿਬਾਨ ਦੇ ਦਰਮਿਆਨ ਲੇਕਿਨ ਇਹ ਕਿ ਅਫਗਾਨ ਹਕੂਮਤ ਜੜੀ ਹੈ ਯਾਨੀ ਕਿ ਆਖਰੀ ਬੜੇ ਨਸ ਗਈ ਉਹਨਾਂ ਕਹਿੰਦੇ ਜੇ ਅਸੀਂ ਦੁਆ ਕਾਨਫਰੰਸ ਜਾਣਾ ਤੇ ਹੁਣ ਉਹ ਪਾਕਿਸਤਾਨ ਨੂੰ ਕਾਨਫਰੰਸ ਨਹੀਂ ਕਰਾ ਰਿਆ ਹੁਣ ਸਾਰੇ ਜਿਹੜੀ ਇਹਨਾਂ ਸਾਰਾ ਇਹ ਹੁਣ ਉਹ ਦੋਹਾ ਕਾਨਫਰੰਸ ਤੇ ਆ ਜਿੱਥੇ ਚਾਰ ਮੁਲਕ ਜਾ ਕੇ ਹੁਣ ਬਹਿਣਗੇ ਤੇ ਹੁਣ ਦੇਖਦੇ ਆ ਇਹ ਜਿਹੜਾ ਬਾਰ-ਬਾਰ ਖਬਰਾਂ ਤੇ ਤੇ ਇਹ ਸਾਰੇ ਮਾਮਲੇ ਨੂੰ ਰੂਸ ਵੇਖੇਗਾ ਹੈ ਨਾ ਨਹੀਂ ਇਹ ਚ ਚైనా ਵੀ ਆ ਰਸ਼ੀਆ ਤੇ ਅਮਰੀਕਾ ਪਾਕਿਸਤਾਨ ਤੇ ਉੱਥੇ ਹੁਣ ਆ ਚਾ ਚੰਡੀਆ ਵਿੱਚੋਂ ਕੱਢ ਦਿੱਤਾ ਉਹ ਨਾ ਇੰਡੀਆ ਉਹ ਹੋ ਇੰਡੀਆ ਤੇ ਸਪਾਇਲਰ ਹੈਗਾ ਨਾ ਇੰਡੀਆ ਤੇ ਉਹ ਇੰਡੀਆ ਤੇ ਜਿਹੜਾ ਗੰਦ ਪਾਉਂਦਾ ਨਾ ਉੱਥੇ ਇਹ ਤੇ ਯਾਨੀ ਕਿ ਤੁਸੀਂ ਸਾਥ ਸਪਾਇਲਰ ਦੀ ਗੱਲ ਕਰ ਰਹੇ ਹੋ ਇੰਡੀਆ ਦੀ ਵਜਨ ਤੇ ਤੇ ਗੰਦ ਪੈ ਰਿਹਾ ਹੈਗਾ ਵਰਨਾ ਇਹ ਮਸਲਾ ਹੱਲ ਹੋ ਜਾਣਾ ਸੀ ਹੁਣ ਤੱਕ ਮਾਮਲਾ ਹੈਗਾ ਕਿ ਇੰਡੀਆ ਤੇ ਫਾਰਕ ਹੁਣ ਉਥੇ ਚਾਰ ਮੁਲਕਾਂ ਨੇ ਬੈਕ ਤੇ ਕਿਹਾ ਹੁਣ ਅਮਰੀਕਾ ਉਥੇ ਪਾਕਿਸਤਾਨ ਨਾਲ ਗੱਲ ਨਹੀਂ ਕਰੇਗਾ ਤੇ ਪਾਕਿਸਤਾਨ ਦੇ ਨਾਲ ਹੁਣ ਜਿਹੜਾ مشاورਤ ਨਹੀਂ ਹੋਏਗੀ ਹੋਣੀ ਹੈ ਇਹ ਉਹਦੀ ਵਜਨ ਹੈ ਕਿ ਇਹ ਜਿਹੜੇ ਆਪਸ਼ਨ ਦਾ ਲਫ਼ਜ਼ ਆ ਨਾ ਸਾਡਾ ਇਹਦਾ ਮਤਲਬ ਹੈ ਕਿ ਸਾਡੇ ਤੋਂ ਬਗੈਰ ਅਮਰੀਕਾ ਇਸ ਖਿੱਤੇ 'ਚ ਕਿਸੇ ਵੀ ਪਾਲਿਸੀ ਤੇ ਕਾਮਯਾਬ ਨਹੀਂ ਹੋ ਸਕਦਾ ਉਹਨੂੰ ਪਾਕਿਸਤਾਨ ਦੀ ਜਿਹੜੀ ਇੱਥੇ ਦੀ ਐਡਮਿਨਿਸਟ੍ਰੇਸ਼ਨ ਆ ਉਹਦੇ ਨਾਲ ਗੱਲ ਕਰਨੀ ਪੈਣੀ ਹੈ ਜੀ ਜਨਾਬ ਅਸੀਂ ਹੁਣ ਥੋੜਾ ਜਿਹਾ ਜਨਾਬ ਇਹ ਜ਼ਾਹਿਰ ਹੈ ਖਿੱਤੇ ਤੋਂ ਇਧਰ ਆ ਗਏ ਆ ਕਸ਼ਮੀਰ ਵੀ ਅਸੀਂ ਦੇਖ ਲਿਆ ਤੇ ਆਜ਼ਾਦ ਕਸ਼ਮੀਰ ਵੀ ਦੇਖ ਲਿਆ ਤੇ ਮਕਬੂਜ਼ਾ ਕਸ਼ਮੀਰ ਦੀ ਵੀ ਗੱਲ ਕੀਤੀ ਹੈ ਤੇ ਮੋਦੀ ਦੀਆਂ ਕਹਾਣੀਆਂ ਵੀ ਅਸੀਂ ਸੁਣਾਈਆਂ ਅਸੀਂ ਹੁਣ ਥੋੜਾ ਜਿਹਾ ਥੱਲੇ ਆਨੇ ਆ ਥੋੜੀ ਦੇਰ ਪਹਿਲਾਂ ਅਸੀਂ ਸਫੀਰ ਦੀ ਬੇਟੀ ਦਾ ਮਾਮਲਾ ਧੱਕਿਆ ਸੀ ਤੇ ਉਸ ਤੋਂ ਪਹਿਲਾਂ ਅਸੀਂ ਕਹਾਣੀਆਂ ਹੋਰ ਵੀ ਕਰਦੇ ਚਾਹਦੇ ਸਾਂ ਲੇਕਿਨ ਦੋ ਕੇਸ ਮੈਂ ਸਮਝਦਾ ਇੱਕ ਤੇ ਹੈ ਨੌਰ ਮੁਕੱਦਮ ਦਾ ਕੇਸ ਤੇ ਦੂਸਰਾ ਲਾਹੌਰ ਦੀਆਂ ਜਿਹੜੀਆਂ ਪੰਜ ਕੁੜੀਆਂ ਬੱਚੀਆਂ ਛੋਟੀਆਂ-ਛੋਟੀਆਂ 10 12 14 ਸਾਲਾਂ ਦੀਆਂ ਉਹ ਜਿਹੜਾ ਕੇਸ ਹੈ ਉਹ ਵੀ ਮੈਂ ਹੱਲ ਹੋ ਗਿਆ ਇਸ ਕੇਸ ਨੂੰ ਕਿਸ ਤੱਕ ਦੇਓ ਤੁਸੀਂ ਇੱਕ ਜ਼ਾਹਿਰ ਹੈ ਇੱਕ ਦਰਦਮੰਦ ਇਨਸਾਨ ਇੱਕ ਪ੍ਰੋਫੈਸਰ ਇੱਕ ਤਕੀਕ ਕਰਨ ਵਾਲਾ ਇੱਕ ਲਿਖਣ ਪੜਨ ਵਾਲਾ ਉਹ ਕਿਸ ਤਰ੍ਹਾਂ ਦੇਖਦਾ ਪਿਆ ਇਹ ਗੱਲ ਹੈ ਕੀ ਹੈ ਇਹਨੂੰ ਕਿਸ ਤਰ੍ਹਾਂ ਕਿਨਾਰੇ ਲਾਣਾ ਹੈ ਔਰ ਅਸਾਂ ਨੂੰ ਹੋਰ ਕੀ-ਕੀ ਕਰਨਾ ਚਾਹੀਦਾ ਗੱਲ ਇਹ ਹੈ ਕਿ ਸਾਡੇ ਜਿਹੜਾ ਨਾ ਇੱਥੇ ਦਾ ਸਮਾਜ ਹੈ ਉਹਦੇ ਵਿੱਚ ਰਵਾਇਤਾਂ ਜਿਹੜੀਆਂ ਨਾ ਉਹ ਦਮ ਤੋੜ ਗਈਆਂ ਕੋਈ ਵੀ ਜਿਹੜਾ ਸਮਾਜ ਆ ਨਾ ਉਹ ਜਿੰਨੀ ਦੇਰ ਤੱਕ ਉਹਦੀਆਂ ਰਵਾਇਤਾਂ ਕਾਇਮ ਨਾ ਨਾ ਰਹਿਣ ਉਹ ਵੀ ਕਾਇਮ ਨਹੀਂ ਰਹਿੰਦਾ ਰਵਾਇਤ ਦੇ ਉੱਤੇ ਹੀ ਸਮਾਜ ਚੱਲਦੇ ਨੇ ਮਸਲਾ ਇਹ ਹੈ ਕਿ ਹੁਣ ਤੁਸੀਂ ਦੇਖੋ ਕਿ ਔਰ ਜਿਹੜਾ ਨੂਰ ਮੁਕੱਦਮਾ ਵਾਲਾ ਕੇਸ ਆ ਉਹਦੇ ਵਿੱਚ ਉਹਨੇ ਜਿਹੜਾ ਮੁੰਡਾ ਜ਼ਾਹਰ ਆ ਉਹਨੇ ਕਿਹਾ ਕਿ ਜੀ ਕੁੜੀ ਨੇ ਮੈਨੂੰ ਫੋਨ ਕੀਤਾ ਕਿ ਤੂੰ ਅਜੇ ਅਮਰੀਕਾ ਨਾ ਜਾ ਮੈਂ ਅਮਰੀਕਾ ਜਾ ਰਿਹਾ ਸੀਗਾ ਤੇ ਉਹ ਉਸ ਤੋਂ ਬਾਅਦ ਉਹਨੇ ਮੇਰੇ ਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਤੂੰ ਮੇਰੇ ਨਾਲ ਵਿਆਹ ਕਰ ਔਰ ਉਸ ਤੋਂ ਇਲਾਵਾ ਉਹਨੇ ਨਾਲ ਇਹ ਵੀ ਕਿਹਾ ਕਿ ਜੀ ਕਿਉਂਕਿ ਉਹਦਾ ਤੇ ਸਾਡਾ ਸਟੇਟਸ ਬੜਾ ਫਰਕ ਸੀ ਜੇਦਾ ਹੈ ਕਿ ਜੀ ਉਹ ਇੱਕ سفیر ਦੀ ਧੀ ਸੀ ਲੇਕਿਨ ਅਸੀਂ ਤੇ ਉਹ ਕਹਿੰਦਾ ਕਿ ਜੀ ਖਾਂਦੀ ਖਾਨਦਾਨੀ ਜਿਹੜਾ ਹੈ ਘਰਪਤੀ ਘਰਪਤੀ ਹੈ ਮਾਮਲਾ ਹੈਗਾ ਹੈ ਕਿ ਤੂੰ ਉਹਦੇ ਨਾਲ ਦੋਸਤੀ ਕਰਦੇ ਆ ਉਹਦੇ ਨਾਲ ਪਿਆਰ ਮੁਹੱਬਤ ਕਰਦੇ ਆ ਉਸ ਵੇਲੇ ਉਹਦਾ ਖਾਨਦਾਨੀ ਦੇਖਿਆ ਉਸ ਵੇਲੇ ਉਹਦਾ ਸੋਸ਼ਲ ਸਟੇਟਸ ਨਹੀਂ ਤੱਕਿਆ ਯਾਨੀ ਕਿ ਸ਼ਾਦੀ ਜਿਹੜਾ ਇਹਦਾ ਮਤਲਬ ਹੈ ਕਿ ਇਹ ਜਿਹੜਾ ਤਲਾਕ ਸੀਗਾ ਉਹ ਕੁੜੀ ਐਸੀ ਐਵੇਂ ਪ੍ਰੈਸ਼ਰ ਪਾਉਣ ਲੱਗੀ ਉਹ ਉਹਨਾਂ ਵਾਰੇ ਵੇਟ ਕੀਤਾ ਹੀ ਹੋਣਗੇ ਤੇ ਫੇਰ ਹੀ ਉਹਨੇ ਗੱਲ ਕੀਤੀ ਨਾ ਕਿ ਵੀ ਮੇਰਾ ਨਾ ਵਿਆਹ ਕਰ ਇੱਕ ਚੀਜ਼ ਦੂਸਰਾ ਹੈ ਕਿ ਇਹ ਜਿਹੜਾ ਕੁੜੀਆਂ ਆਪਣਾ ਪਹਿਲਾਂ ਮੈਂ ਨੂਰ ਮੁਕੱਦਮ ਤੇ ਗੱਲ ਮੁਕਾਲਮਾ ਕਿ ਹੁਣ ਇਹਦੇ ਉੱਤੇ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਆ ਸਾਡਾ ਕਾਨੂੰਨ ਆ ਉਹਨੂੰ ਇਹਦੇ ਤੇ ਇਹ ਅਮਲ ਦਰ آمد ਹੋਣਾ ਚਾਹੀਦਾ ਜਿੰਨੇ ਵੀ ਉਥੇ ਸ਼ਹਾਤਾ ਵਨ ਉਹ ਸਾਰੀਆਂ ਇਹਦੇ ਖਿਲਾਫ ਜਾਰੀਆਂ ਔਰ ਉਹਨਾਂ ਸ਼ਹਾਤਾ ਦੀ ਬੁਨਿਆਦ ਤੇ ਇਹਨੂੰ ਕੜੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਇੱਕ ਐਗਜ਼ਾਮਪਲ ਹੈ ਨਾ ਉਹ ਸੈੱਟ ਹੋਵੇ ਔਰ ਲੋਕਾਂ ਦੇ ਅੱਗੇ ਔਰ ਫਿਰ ਉਹਨਾਂ ਨੂੰ ਪਤਾ ਹੋਵੇ ਕਿ ਅਗਰ ਇਸ ਤਰ੍ਹਾਂ ਦਾ ਕੋਈ ਕੇਸ ਹੋਇਆ ਤੇ ਸਟੇਟ ਨੇ ਸਾਨੂੰ ਨਹੀਂ ਛੱਡਣਾ ਤੇ ਜਿਹੜਾ ਜਿੱਥੇ ਤੱਕ ਕੋਈ ਛੋਟੀਆਂ ਕੁੜੀਆਂ ਵਿਚਾਰੀਆਂ ਮਾਸੂਮਾਂ ਦਾ ਮਸਲਾ ਉਹਦੇ ਵਿੱਚ ਹੈਗਾ ਕਿ ਉਹਨਾਂ ਦੇ ਖਾਨਦਾਨ ਵੀ ਜਿਹੜੇ ਆ ਉਹ ਵੀ ਮਲਵਿਸ ਆ ਔਰ ਉਹਨਾਂ ਦੇ ਮਲਵਿਸ ਹੁੰਦਾ ਤਰੀਕਾ ਇਹ ਆ ਕਿ ਉਹ ਦੋ ਕੁੜੀਆਂ ਇੱਕ ਕਿੰਜਾ ਤੇ ਅਨਮ ਉਹਨਾਂ ਦਾ ਪਿਓ ਜਿਹੜਾ ਨਸ਼ਾ ਕਰਦਾ ਮਾਂ ਹੈ ਕੋਈ ਨਹੀਂ ਔਰ ਉਹ ਆਪਣੇ ਘਰ ਤੋਂ ਤੰਗ ਉਹਨਾਂ ਨੇ ਨਸਣਾ ਸੀ ਐ ਉਹ ਬੰਦਾ ਉਹਨਾਂ ਨੂੰ ਨਜ਼ਰ ਆਇਆ ਔਰ ਉਹ ਉਹਨਾਂ ਨੂੰ ਸਾਨੇ ਖਾਬ ਦਿਖਾ ਕੇ ਤੇ ਲੈ ਗਿਆ ਤੇ ਜਾ ਕੇ ਜਾ ਕੇ ਉਹਨੇ ਕੋਠੇ ਦੇ ਵੇਚ ਦਿੱਤੀਆਂ ਮਾਮਲਾ ਹੈਗਾ ਇਹ ਕਿ ਇਹਦੇ ਉੱਤੇ ਇੱਕ ਤੇ ਯਾਨੀ ਕਿ ਕਮਿਊਨਿਟੀ ਜ਼ਤਾ ਤੇ ਯੂਨੀਅਨ ਕਾਉਂਸਲ ਦੀ ਸਤਾ ਤੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਯਾਰ ਇਦਾਂ ਦੀਆਂ ਬੱਚੀਆਂ ਇਦਾਂ ਦੇ ਖਾਨਦਾਨ ਇਦਾਂ ਦੇ ਜਿਹੜੇ ਲੋਕ ਨੇ ਜਿਸ ਤਰ੍ਹਾਂ ਹੁਣ ਸਵੀਟ ਹੋਮ ਨਹੀਂ ਬਣਿਆ ਜੀ ਇਸੇ ਤਰ੍ਹਾਂ ਦੇ ਜਿਹੜੀਆਂ ਲੜਕੀਆਂ ਦੇ ਉੱਤੇ ਦੇ ਵੀ ਕੋਈ ਯਾਨੀ ਕਿ ਮੁਕਾਮੀ ਸਤਾ ਦੇ ਉੱਤੇ ਇਦਾਂ ਦੇ ਇੰਸਟੀਚੂਟ ਹੋਣੇ ਚਾਹੀਦੇ ਆ ਜਾਂ ਇੰਸਟੀਚੂਟ ਅਗਰ ਮੁਕਾਮੀ ਸਤਾ ਤੇ ਨਹੀਂ ਤੇ ਡਿਸਟ੍ਰਿਕਟ ਦੀ ਸਤਾ ਤੇ ਹੋਣਾ ਅਗਰ ਅਸੀਂ ਇੱਥੇ ਯਾਨੀ ਕਿ ਲੰਗਰ ਖਾਨੇ ਬਣਾ ਸਕਦੇ ਆ ਤੇ ਬੱਚੀਆਂ ਇਦਾਂ ਦੀਆਂ ਦੀ ਕਫਾਲਤ ਵਾਸਤੇ ਵੀ ਪ੍ਰੋਗਰਾਮ ਹੋ ਸਕਦੇ ਆ ਵੇਖੋ ਦੇਖੇ ਬਹੁਤ ਸਾਰੀਆਂ ਐਨਜੀਓ ਕੰਮ ਕਰਦੀਆਂ ਹਨ ਉਹਨਾਂ ਐਨਜੀਓ ਨੂੰ ਕਮਜ਼ ਕਮ ਉਹਨਾਂ ਦਾ ਡਾਟਾ ਉਹਨਾਂ ਦੇ ਜਿਹੜੀ ਆਪਣਾ ਤਹਿਕੀਕਾਤ ਨੇ ਉਹ ਵੀ ਗਵਰਨਮੈਂਟ ਨਾਲ ਸ਼ੇਅਰ ਹੋਣੀ ਚਾਹੀਦੀ ਹੈ ਕਿਸੇ ਨਾ ਕਿਸੇ ਲੈਵਲ ਤੇ ਉਹ ਕੀ ਕੰਮ ਕਰ ਰਹੀਆਂ ਕਿੱਥੇ ਉਹਨਾਂ ਦੀ ਇੰਸਟਾਲੇਸ਼ਨ ਹੈ ਔਰ ਇਹ ਜਿਹੜਾ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਆ ਉਹਦੇ ਤਹਿਤ ਇਹ ਅਗਰ ਅਸੀਂ ਇਦਾਂ ਦੇ ਸੁੱਖੀ ਘਰ ਬਣਾ ਲਈਏ ਤੇ ਡੈਫੀਨੇਟਲੀ ਇਦਾਂ ਦੀਆਂ ਜਿਹੜੀਆਂ ਬੱਚੀਆਂ ਇਦਾਂ ਦੇ ਲੋਕਾਂ ਦੇ ਹੱਥੇ ਚੜਦੀਆਂ ਉਹਨਾਂ ਨੂੰ ਘੱਮਜ਼ ਘੱਮ ਇਦਾਂ ਦੇ ਜਗ੍ਹਾ ਤੇ ਰੱਖ ਕੇ ਨਾ ਸਿਰਫ ਤਾਲੀਮ ਦਿੱਤੀ ਜਾ ਸਕਦੀ ਆ ਬਲਕਿ ਉਹਨਾਂ ਬੱਚੀਆਂ ਨੂੰ ਬਿਹਤਰ ਮੁਸਤਕਬਲ ਵਾਸਤੇ ਤਿਆਰ ਵੀ ਕੀਤਾ ਜਾ ਸਕਦਾ ਔਰ ਉਹ ਅੱਛੇ ਸ਼ਹਿਰੀ ਬਣ ਸਕਦੀਆਂ ਨੇ ਤੇ ਹਾਲ ਅਗਰ ਫੇਰ ਗੱਲ ਹੁੰਦੀ ਹੈ ਕਿ ਮਾਮਲਾ ਹੈਗਾ ਸਾਡੇ ਜੁਡੀਸ਼ੀਅਲ ਸਿਸਟਮ ਦਾ ਅਗਰ ਜੁਡੀਸ਼ੀਅਲ ਸਿਸਟਮ ਹੁਣ ਜਿਨੇ ਖਰੀਦਿਆ ਜਿਨੇ ਵੇਚਿਆ ਜਿਹੜਾ ਲੈ ਕੇ ਗਿਆ ਜਿਹੜਾ ਜਿਹੜਾ ਬੰਦਾ ਵੀ ਉਹ ਚ ਮਲਵਸਾ ਕਮਜ਼ ਕਮ ਉਹਨੂੰ ਇੱਕ ਬਿਆਨਕ ਕਿਸਮ ਦੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਏਡੀ ਦੀ ਸਜ਼ਾ ਵੇਖ ਕੇ ਜਿਹੜਾ ਕਮਜ਼ ਕਮ ਉਹ ਵੇਖ ਕੇ ਜਾਂ ਸੁਣ ਕੇ ਕੋਈ ਵੀ ਬੰਦਾ ਇਦਾਂ ਦੀ ਹਰਕਤ ਕਰਨ ਤੋਂ ਪਹਿਲਾਂ 20 ਵਾਰੀ ਸੋਚੇ ਕਿ ਮੇਰੇ ਨਾਲ ਵੀ ਇਹ ਕੁਝ ਹੋ ਜਾਣਾ ਜੇ ਸਮੇਂ ਨਿਗਰਮੀ ਅਸੀਂ ਥੋੜੇ ਜਿਹਾ ਨਾ ਮੈਂ ਸਮਝਣਾ ਕਿ ਇਹ ਜਿਹੜੀ ਗੁਰਬਤ ਬੇਰੋਜ਼ਗਾਰੀ ਤੇ ਮਹਿੰਗਾਈ ਹੈ ਨਾ ਇਹ ਬੜਾ ਰੋਲਾ ਪੈ ਗਿਆ ਹੁਣ ਮੈਂ ਦੇਖਣਾ ਕਿ ਹਰ ਬੰਦਾ ਜਿਹੜਾ ਉਹ ਕਿਸ ਤਰ੍ਹਾਂ ਵੇਖਦਾ ਪਿਆ ਹਰ ਬੰਦਾ ਬੇਰੋਜ਼ਗਾਰੀ ਪਰੋਂ ਇਤਨਾ ਪਰੇਸ਼ਾਨ ਹੈ ਤੇ ਮੈਂ ਵੇਖਣਾ ਕਿ ਹਰ ਨਵਾਂ ਮੁੰਡਾ ਜਿਹੜਾ ਗਰੀਬ ਆਦਮੀ ਹੈ ਉਹ ਸਾਵੇ ਰੰਗ ਦੀ ਟੋਪੀ ਪਾ ਕੇ ਬਾਕੀਆ ਲੈ ਕੇ ਟੁਰ ਪਿਆ ਹੈ ਤੇ ਇਹਦਾ ਮਤਲਬ ਹੈ ਬੇਰੋਜ਼ਗਾਰੀ ਨੇ ਪਾਗਲ ਕਰ ਦਿੱਤਾ ਹੈ ਤੇ ਤੁਸੀਂ بڑے ਪ੍ਰਮੋਟਰ ਹੋ ਪ੍ਰੋਫੈਸਰ ਸਾਹਿਬ ਕਿ ਇਹ ਕੋਈ ਇਨਕਲਾਬ ਲਿਆਂਣ ਲਗੇ ਜਨਾਬ Imran Khan ਸਾਹਿਬ ਮੰਗਾਈ ਕਾਬੂ ਨਹੀਂ ਆਉਂਦੀ ਪਈ ਰੋਜ਼ ਪਟ્રોલ ਪਿਆ ਵਧੀ ਜਾ ਰਿਹਾ ਹੈ ਇਹ ਕੇ ਪਿਆ ਹੁੰਦਾ ਹੈ ਜਰਾ ਦੱਸੋ ਹਾਂ ਮੈਨੂੰ ਕਿ ਕੋਈ ਗੱਲ ਹੈ ਤੁਹਾਡੇ ਕੋਲ ਜਾਂ ਮੈਂ ਜੀ ਰੋਲੇ ਹੀ ਹੈ ਗੱਲ ਇਹ ਹੈ ਕਿ ਜੀ ਹੁਣੇ ਹੀ ਇੱਕ ਨਵੀਂ ਰਿਪੋਰਟ ਨਿਕਲੀ ਸੀ ਜਿਤ ਵਿੱਚ ਕਿ ਦੁਨੀਆ ਦੇ ਸਸਤੇ ਮੁਲਕ ਕਿਹੜੇ ਨੇ ਉਸ ਰਿਪੋਰਟ ਦੇ ਵਿੱਚ ਪਾਕਿਸਤਾਨ ਨੂੰ ਸਸਤੇ ਤਰੀਕਾ ਦੇ ਦੇਸ਼ਾਂ 'ਚ ਰੱਖਿਆ ਗਿਆ ਹੈ ਗੱਲ ਇਹ ਹੈ ਕਿ ਆਪਰਚੂਨਿਟੀ ਜਿਹੜੀ ਹੈ ਮੁਲਕ ਦੇ ਵਿੱਚ ਪਹਿਲੇ ਕਿੰਨੀ ਸੀ ਤੇ ਹੁਣ ਕਿੰਨੀ ਹੈ ਦੇਖੋ ਬਹੁਤ ਸਾਰੇ ਸੈਕਟਰ ਆ ਐਗਰੀਕਲਚਰ ਸੈਕਟਰ ਆ ਉਹ ਵੀ ਵਧਿਆ 1100 ਕਰੋੜ ਰੁਪਈਆ ਇਸ ਹਕੂਮਤ ਨੇ ਐਗਰੀਕਲਚਰ ਸੈਕਟਰ 'ਚ ਸੁੱਟਿਆ ਆ ਰੂਰਲ ਦੀ ਤਰਫ ਫਿਰ ਉਸ ਤੋਂ ਇਲਾਵਾ ਤੁਹਾਡੀ ਇੰਡਸਟਰੀ ਫੈਸਲਾਬਾਦੀ ਜਾਂ ਗੁਜਰਾਂ ਵਾਲੇ ਦੀ ਉਸ ਤੋਂ ਇਲਾਵਾ ਸਿਆਲਕੋਟ ਦੀ ਉਹਨੂੰ ਬੂਸਟ ਮਿਲਿਆ ਬਹੁਤ ਸਾਰੇ ਫਿਰ ਯਾਨੀ ਕਿ ਹੋਸਿੰਗ ਦੇ ਉੱਤੇ ਤਬੀਰਤ ਦੇ ਸ਼ੋਭੇ ਦੇ ਉੱਤੇ ਕੰਮ ਵਧਾ ਦਿੱਤਾ ਗਿਆ ਤੇ ਲੋਕਾਂ ਨੂੰ ਰੋਜ਼ਗਾਰ ਕਾਫੀ ਮਿਲਣਾ ਸ਼ੁਰੂ ਹੋ ਗਿਆ ਗੱਲ ਇਹ ਹੈਗੀ ਹੈ ਕਿ ਜਦੋਂ ਆਲਮੀ ਮੰਡੀਆਂ ਦੇ ਵਿੱਚ ਤੇਲ ਦੀਆਂ ਕੀਮਤਾਂ ਵੱਧੀਆਂ ਨਾ ਤੇ ਉਹਦੇ ਫਿਰ ਜਿਹੜੇ ਆ ਅਸਰات ਉਹ ਲੋਕਲ ਲੈਵਲ ਤੇ ਹੁੰਦੇ ਆ ਜਿਹੜੀ ਮਹਿੰਗਾਈ ਦਾ ਮਸਲਾ ਨਾ ਉਹਦੇ ਆਸਤੇ ਜ਼ਰੂਰੀ ਹੈਗਾ ਕਿ ਜਿਹੜਾ ਮਿਡਲ ਮੈਨ ਆ ਉਹਨੂੰ ਵਿੱਚੋਂ ਕਟਿਆ ਜਾਏ ਜਿਹੜੇ ਕਿਸਾਨ ਆ ਉਹਨਾਂ ਨੂੰ ਬਰਾਏ ਰਾਸ ਤੇ ਮੰਡੀਆਂ ਤੇ ਐਕਸੈਸ ਦਿੱਤੀ ਜਾਏ ਔਰ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਮੁਲਕ ਦੇ ਵਿੱਚ ਤਕਰੀਬਨ 900 ਤੇ ਲਗਭਗ ਕੋल्ड ਸਟੋਰੇਜ ਬਣਾਏ ਜਾ ਰਹੇ ਨੇ ਉਹ ਜਿਹੜੇ ਕੋल्ड ਸਟੋਰੇਜ ਚ ਉਹਨਾਂ ਕਸ਼ਤਕਾਰਾਂ ਦੀ ਜਿਹੜੀ ਜਨਾਸ ਉੱਥੇ ਰੱਖੋ ਔਰ ਜੇਸ ਵੇਲੇ ਜ਼ਰੂਰਤ ਪੈਂਦੀ ਹੈ ਤੇ ਮਾਰਕੀਟ ਚ ਲੈ ਕੇ ਆਓ ਤਾਂ ਕਿ ਉਹ ਜ਼ਾਇਆ ਵੀ ਨਾ ਹੋਵੇ ਔਰ ਡਾਇਰੈਕਟ ਜਿਹੜਾ ਫਾਇਦਾ ਉਹਨੂੰ ਹੋਵੇ ਤੇ ਅਗਰ ਕੋल्ड ਸਟੋਰੇਜ ਵਧਾ ਦਿੱਤੇ ਜਾਣ ਔਰ ਮੰਡੀਆਂ ਦੀ ਤਦਾਦ ਵਧਾ ਦਿੱਤੀ ਜਾਵੇ ਔਰ ਮੰਡੀਆਂ ਜਿਹੜੀਆਂ ਵਾ ਉਹ ਰੂਰਲ ਏਰੀਆ ਦੇ ਲਾਗੇ ਦੇ ਇਲਾਕਿਆਂ ਦੇ ਲਾਗੇ ਲਾ ਕੇ ਰੱਖ ਦਿੱਤੀਆਂ ਜਾਣ ਤੇ ਉਹ ਕਿਸਾਨਾਂ ਆਪਣੀ ਜਿਹੜੀ ਜਨਾਸ ਉੱਥੇ ਵੇਚਣ ਵੀ ਬਰਾਹਰਾਸ ਇੱਕ ਤੇ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਏਗਾ ਦੂਸਰਾ ਹੈਗਾ ਕਿ ਉਹਦੇ ਆਟੋਮੈਟਿਕਲੀ ਰੇਟ ਘਟ ਜਾਣਗੇ ਜਿਹੜਾ ਮਿਡਲਮੈਨ ਆ ਨਾ ਉਹ ਜਿਹੜਾ ਕਮਾਰਿਆ ਔਰ ਉਹਦਾ ਟੈਕਸ ਵੀ ਨਹੀਂ ਦੇ ਰਿਹਾ ਇਹਦੀ ਰੋਕਣ ਪੈਣ ਵਾਸਤੇ ਹਕੂਮਤ ਨੂੰ ਜਿਹੜਾ ਨਾ ਇੱਕਦਮ ਬਾਤ ਇਹ ਕਰਨੇ ਚਾਹੀਦੇ ਨੇ ਅਗਰ ਇਹ ਕਰ ਲਵੇ ਹਕੂਮਤ ਤੇ ਇਹ ਮਹਿੰਗਾਈ ਜਿਹੜੀ ਆ ਇਹ ਮਜ਼ੀਦ ਘਟਾਈ ਜਾ ਸਕਦੀ ਤੇ ਆਖਰੀ ਦੋ ਗੱਲਾਂ ਉਹਦੇ ਮੈਂ ਥੜੇ ਬਾਸ ਕੋਲ ਪੁੱਛਣਾ ਚਾਹਨਾ ਜ਼ਾਹਿਰ ਆ ਤੁਸੀਂ ਬੜੇ ਥੜੇ ਲਾਏ ਨੇ ਇੱਕ ਤੇ ਸੀ ਪੈਕ ਹੈ ਤੇ ਜਨਾਬੇ ਆਸਮ ਸਲੀਮ ਬਾਜਵਾਨ ਉਹ ਕਿਉਂ ਹਟਾਏਗੇ استیفا ਲਿਆ ਗਿਆ ਜਾਂ ਕੀ ਹੋਇਆ ਦੂਸਰਾ ਇਹ حکومت ਜਿਹੜੀ ਹੈ ਕਸ਼ਮੀਰ ਵਾਲੀ ਤੇ ਪਾਕਿਸਤਾਨ ਵਾਲੀ ਦਮਦਰੂ ਤੇ ਅਮਲਾ ਸ਼ਮਲਾ ਨਾ ਚਲਨੀ ਹੈ ਉਹ ਯਾਰ ਕਿਹੜੇ ਦਮਦਰੂ ਤੇ ਕਿਹੜੇ ਅਮਲਾ ਸ਼ਮਲਾ ਅੱਲਾ ਤੁਹਾਨੂੰ ਅੱਲਾ ਤਕ ਕੋਲੋਂ ਤੇ ਦੁਆ ਕੋਈ ਬੰਦਾ ਮੰਗਦਾ ਔਰ ਅਗਰ ਪ੍ਰਾਈਮ ਮਿੰਿਸਟਰ ਅੱਲਾ ਕੋਲੋਂ ਦੁਆ ਕਰਾ ਮੰਗਦਾ ਆ ਜੀਆ ਫਿਰ ਕਿ ਮਦਦ ਮੰਗਣ ਦੀ ਕੋਸ਼ਿਸ਼ ਕਰਦਾ ਉਹ ਹਮੇਸ਼ਾ ਹੀ ਇਹ ਕਹਿੰਦਾ ਯਾ ਕਾ ਨਾਬੋਦ ਯਾ ਕਾ ਨਸਤਾਈਂ ਤੇ ਗੱਲ ਇਹ ਹੈ ਕਿ ਬੇਸ਼ੁਮਾਰ ਯਾਨੀ ਕਿ ਸਾਡੇ ਤਾਰੀਖੀ ਤੌਰ ਤੇ ਦੇਖਿਆ ਜਾਵੇ ਮਿਸਾਲ ਦੇ ਤੌਰ ਤੇ ਹੁਣ ਅਯੂਬੀ ਸਨ ਸੁਲਤਾਨ ਸਲਾਹউদ্দিন ਅਯੂਬੀ ਉਹ ਜਦੋਂ ਵੀ ਆਪਣੀ ਮਹਿਮਤੇ ਨਿਕਲਦੇ ਸੀ ਜੁਮੇਲਾ ਜਿਹੜੀ ਨਿਕਲਦੇ ਸੀ ਔਰ ਸਫੈਦ ਸੂਟ ਪਾ ਕੇ ਨਿਕਲਦੇ ਸੀ ਮਾਮਲਾ ਇਹ ਹੈ ਕਿ ਇਹਦੇ ਵਿੱਚ ਹੁੰਦਾ ਹੈ ਕਿ ਜਿਹੜੀ ਰੂਹਾਨੀਅਤ ਦਾ ਅੰਸਰ ਹੈ ਅਗਰ ਕਿਸੇ ਆ ਆਦਮੀ ਦੇ ਉੱਤੇ ਗਾਲਬ ਆ ਔਰ ਉਹ ਇਹ ਮਦਦ ਲੈਂਦਾ ਔਰ ਇਹ ਕੰਮ ਕਰਦਾ ਤੇ ਅਸੀਂ ਤੁਸੀਂ ਵੀ ਤੇ ਬismillah ਪੜ ਕੇ ਕੰਮ ਕਰਦੇ ਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਨੂੰ ਇਹ ਇਹਦੇ ਤੋਂ ਇਹ ਮਦਦ ਲਈ ਜਾਏ ਮੇਰੇ ਖਿਆਲ ਚ ਬਕਾਇਆ ਸਾਰਿਆਂ ਨੂੰ ਵੀ ਇਹ ਕੰਮ ਕਰਨਾ ਚਾਹੀਦਾ ਬismillah ਪੜਨੀ ਚਾਹੀਦੀ ਹੈ ਰੂਹਾਨੀਤ ਤੋਂ ਮਦਦ ਲੈਣੀ ਚਾਹੀਦੀ ਹੈ तमाम ਸਾਸੀ ਜਿੰਨੇ ਵੀ ਅਮਾਇਦੀ ਨੇ ਔਰ ਮੇਰੇ ਖਿਆਲ ਚ ਜਦੋਂ ਫਿਰ ਇਹ ਜਦੋਂ ਵੀ ਇਕਤਦਾਰ ਚਾਹਣ ਤੇ ਫਿਰ ਅੱਲਾਹ ਨੂੰ ਸਾਹਮਣੇ ਰੱਖ ਕੇ ਕੰਮ ਕਰਨਾ ਚਾਹੀਦਾ ਤੇ ਮੇਰੇ ਖਿਆਲ ਮੇ ਫਿਰ ਹਰਾਮ ਕੂਰੀ ਵੀ ਬੰਦਾ ਕਰਨੀ ਛੱਡ ਜਾਂਦਾ ਹੈ ਆ ਸਮਸਲੀਮ ਬਾਜਵਾ ਸਾਹਿਬ ਦੀ ਗੱਲ ਕਰੋ ਹਾਂ ਤੁਕੋ ਉਹਦੇ ਉੱਤੇ ਮੁxtਲਫ ਕਿਆਸਰਾਂ ਜਾਂ ਕੀਤੀਆਂ ਜਾ ਰਹੀਆਂ ਹੈ ਕਿ ਜੀ ਮਾਮਲਾ ਹੈਗਾ ਕਿ ਸੀਪੈਕ ਦੇ ਜਿਹੜੇ ਇਸ਼ੂ ਆ ਉਹਨੂੰ ਅੱਗੇ ਲੈ ਕੇ ਜਾਣਾ ਹੈਗਾ ਔਰ ਉਹਦੇ ਵਿੱਚ ਇਹ ਹੈ ਕਿ ਜ਼ਰੂਰਤ ਮਹਿਸੂਸ ਕੀਤੀ ਗਈ ਕਿ ਮਾਮਲਤ ਨੂੰ ਬਿਹਤਰ ਤਰੀਕੇ ਦੇ ਚਲਾਉਣ ਵਾਸਤੇ ਇਹ ਇਦਾਂ ਦੀਆਂ ਤਬਦੀਲੀਆਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਗਈਆਂ ਇਹ ਜਿਹੜੀ ਜ਼ਰੂਰੀ ਹੁੰਦਾ ਹੈ ਕਿ ਜੀ ਉਹ ਪਰਮਾਨੈਂਟ ਇਸ ਸੀਟਸ ਦੀ ਆਗੇ ਸੀ ਉਹਨੂੰ ਕਿਸੇ ਵਕਤ ਵੀ ਤਬਦੀਲ ਕੀਤਾ ਜਾ ਸਕਦਾ ਸੀਗਾ ਇਸ ਵਾਸਤੇ ਉਹਨੂੰ ਕੋ ਤਬਦੀਲ ਕਰ ਦਿੱਤਾ ਗਿਆ ਤਾਂ ਕਿ ਜਿਹੜੇ ਪ੍ਰੋਜੈਕਟ ਉਹਨਾਂ ਦੀ ਵੈਲਿਊਏਸ਼ਨ ਉਹਨਾਂ ਦਾ ਤਰੀਕਾਕਾਰ ਔਰ ਮਾਮਲਾ ਚੋਂ ਕਿਉਂਕਿ ਹਕੂਮਤ ਜਿਹੜੀ ਹੈ ਸੀਪੈਕ ਦੇ ਮਾਮਲੇ ਚ ਹੁਣ ਯਕਸੂ ਹੋ ਕੇ ਕੰਮ ਕਰਨਾ ਚਾਹਦੀ ਹੈ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਰਲ ਮਿਲ ਕੇ ਜਿਹੜੇ ਕੰਮ ਕਰ ਰਹੇ ਹਾਂ ਅਸੀਂ ਇੱਕ ਇਨਕਲਾਬ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਥੜੇ ਬਾਜ਼ ਆਪਣੇ ਥੜੇ ਬਾਜ਼ੀਆਂ ਕਰਦੇ ਰਹਿੰਦੇ ਨੇ ਸਿਆਸਤਦਾਨ ਆਪਣਾ ਕੰਮ ਚੁੱਕਦੇ ਰਹਿੰਦੇ ਨੇ ਤੇ ਸਾਡੀ ਨਾ ਆਪੋਜੀਸ਼ਨ ਨੂੰ ਕੋਈ ਜਿਹਨੂੰ ਕਹਿੰਦੇ ਨੇ ਅਕਲ ਮਤ ਹੈ ਤੇ ਨਾ ਸਾਡੀ ਹਕੂਮਤ ਨੂੰ ਅਕਲ ਮਤ ਹੈ ਹੈ ਹਕੂਮਤ ਨੂੰ ਇਹ ਨਹੀਂ ਪਤਾ ਕਿ ਬਫਾਮਤ ਹਕੂਮਤ ਨੇ ਕਰਨੀ ਹੁੰਦੀ ਹੈ ਆਪੋਜੀਸ਼ਨ ਨੂੰ ਇਹ ਨਹੀਂ ਪਤਾ ਕਿ ਅਸਾਂ ਸਿਰਫ ਗੱਲਾਂ ਨਹੀਂ ਕਰਨੀਆਂ ਹੁੰਦੀਆਂ ਅਸਾਂ ਕੋ ਰਾਹ ਵੀ ਕੱਢਣਾ ਹੁੰਦਾ ਹੈ ਤੇ ਉਹ ਵੀ ਮੁੰਤਖਿਬ ਹੋ ਕੇ ਆਏ ਨੇ ਅਸੀਂ ਵੀ ਮੁੰਤਖਿਬ ਹੋ ਕੇ ਆਏ ਆ ਤੇ ਰਲ ਕੇ ਅਸੀਂ ਆਪਣੇ ਲੋਕਾਂ ਦਾ ਦੁੱਖ ਵੰਡਣ ਦੀ ਕੋਸ਼ਿਸ਼ ਕਰੀਏ ਸਾਮੀਨ ਅੱਜ ਅਸਾਂ ਜਿਹੜੀਆਂ ਗੱਲਾਂ ਕੀਤੀਆਂ ਯਕੀਨਨ ਕੋਈ ਨਵੀਂ ਗੱਲ ਤੁਹਾਡੇ ਪੱਲੇ ਜ਼ਰੂਰ ਪਈ ਹੋਏਗੀ ਆਪਣੇ ਸਾਥੀ ਆਪਣੇ ਯਾਰ ਅਹਿਮਦ ਲਤੀਫ ਨੂੰ ਇਜਾਜ਼ਤ ਦਿਓ ਥੜਾ ਸਿਆਸਤ ਤੁਹਾਡੇ ਲਈ ਪੇਸ਼ ਕੀਤੀ ਤੇ ਨਾਲ ਸਾਡੇ ਸਣ ਸੈਦ ਚੌਧਰੀ ਅੱਲਾ ਬੇਲੀ